Bye, बिल्लो, बाय। पूरे 343 दिनों बाद एक कर गिरा फिर इंडिया का। हाँ जी, सत श्री अकाल जी सारिआं नूं, की हाल चाल ने तुहाडा, स्वागत है एक नवें ब्लॉग दे विच। ते अज चले हाँ पूरा एक साल, अजे कुछ रहिंदा टाइम, जाने के 30-40 दिन रहिंदे होणे आ साल होण च। तकरीबन एक साल बाद चले हाँ फिर दोबारा इंडिया। तो इस बार इंडिया जाने का जिहड़ा कारण आ, कोई ओह मतलब सिंबलर जिहा, एक मेरा भरा वा मनी रेडू गाने लिखदा मुंडा, ते उहदे विआह ते चले आ। ਉਹ ਪੁਰਾਣਾ ਵਾਅਦਾ ਸੀ ਕਿ ਤੇਰੇ ਵਿਆਹ 'ਤੇ ਆਵਾਂਗੇ, ਅਤੇ ਸੋ ਇਸ ਕਰਕੇ ਚੱਲੇ ਹਾਂ। ਅਤੇ ਤਕਰੀਬਨ ਬੋਰਡਿੰਗ ਹੋ ਗਈ ਆ, ਚੈੱਕ ਇਨ ਹੋ ਗਈ ਆ, ਜਹਾਜ਼ ਆਉਣ ਵਾਲਾ, ਜਹਾਜ਼ ਅਜੇ ਆਇਆ ਨਹੀਂ। ਇਜਿਪਟ ਏਅਰਲਾਈਨ 'ਚ ਚੱਲੇ ਹਾਂ, ਪਹਿਲੀ ਵਾਰੀ ਚੱਲੇ ਹਾਂ ਇਜਿਪਟ ਏਅਰਲਾਈਨ 'ਚ, ਦੇਖਦੇ ਹਾਂ ਐਕਸਪੀਰੀਅੰਸ ਕਿੱਦਾਂ ਦਾ ਵਾ, ਅਤੇ ਨਾਲ ਤੁਹਾਨੂੰ ਵੀ ਦਿਖਾਉਂਦੇ ਹਾਂ। ਉੱਥੇ ਫਲੈਟ ਦੇ ਵਿੱਚ ਇਜਿਪਟ ਦੀ ਫਲੈਟ ਸੀ, ਆਪਾਂ ਫਲੈਟ ਲੈ ਲਈ ਸੀ। ਅਤੇ ਇਜਿਪਟ ਏਅਰਪੋਰਟ ਕੋਈ ਖਾਸ ਨਹੀਂ ਸੀ, ਹੁਣ ਮੈਂ ਤੁਹਾਨੂੰ ਜਦੋਂ ਵਾਪਸੀ ਜਾਵਾਂ ਉਹ ਤੁਹਾਨੂੰ ਦਿਖਾ ਦੂੰਗਾ। ਉੱਥੇ ਮੇਰੀ ਸਟੇਅ ਹੈਗੀ ਆ, ਮੈਂ ਬਾਹਰ ਵੀ ਜਾਊਂਗਾ ਵੀਜ਼ਾ ਲੈ ਕੇ, ਤੁਹਾਨੂੰ ਵੀਜ਼ਾ ਦਾ ਪ੍ਰੋਸੈਸ ਵੀ ਦੱਸੂਗਾ। ਅਤੇ ਹੁਣ ਚੱਲੇ ਅਸੀਂ ਮਨੀ ਦੇ ਵਿਆਹ 'ਤੇ, ਅਤੇ ਆ ਬਾਈ ਮੇਰੇ ਨਾਲ ਆ, ਸਾਬੀ ਬਾਈ। ਹੈਲੋ। ਹਾਂਜੀ, ਸਾਬੀ ਬਾਈ ਨਾਲ ਆ ਮੇਰੇ, ਪੰਜਾਬ ਪੁਲਿਸ 'ਚ ਕੰਮ ਕਰਦੇ ਬਾਈ, ਸਬ ਇੰਸਪੈਕਟਰ ਆ। ਅਤੇ ਅਸੀਂ ਚੱਲੇ ਵਿਆਹ 'ਤੇ, ਇੱਥੇ ਮਨੀ ਦਾ ਪਿੰਡ ਹੈਗਾ, ਇੱਥੋਂ ਘੱਟੋ ਘੱਟ 200 ਕਿਲੋਮੀਟਰ। ਅਸੀਂ ਨਕੋਦਰ ਤੋਂ ਚੱਲੇ ਹਾਂ ਤੰਬੂ ਵਾਲੇ, ਆ ਜਾਓ ਤੁਹਾਨੂੰ ਦਿਖਾਉਂਦੇ ਹਾਂ ਸਫ਼ਰ, ਅਤੇ ਨਾਲੇ ਮਨੀ ਨੰਬਰ ਆਉਂਦੇ ਹਾਂ ਤੁਹਾਨੂੰ, ਨਾਲੇ ਵਿਆਹ ਦਿਖਾਵਾਂਗੇ। ਹਾਂਜੀ, ਫਾਈਨਲੀ ਪਹੁੰਚ ਗਏ ਹਾਂ ਮਨੀ ਦੇ ਵਿਆਹ 'ਤੇ। ਤੂੰ ਵਲੌਗ ਲਾ ਰਿਹਾ? ਟੇਕ ਲੈਣੇ ਪੈਂਦੇ ਵੀਰੇ ਸਾਨੂੰ ਬਹੁਤ ਜ਼ਿਆਦੇ। ਹਾਂਜੀ, ਫਾਈਨਲੀ ਪਹੁੰਚ ਗਏ ਹਾਂ ਮਨੀ ਦੇ ਵਿਆਹ 'ਤੇ, ਅਤੇ 4 ਕੁ ਦਿਨ ਹੋ ਗਏ ਸਾਨੂੰ ਚੱਲਿਆਂ ਨੂੰ, ਅੱਜ ਪਹੁੰਚੇ ਹਾਂ। 4 ਦਿਨ ਹੋ ਗਏ ਚੱਲਿਆਂ, ਝੂਠ ਮਰੀ ਜਾਂਦਾ। 4 ਦਿਨ ਹੋ ਗਏ ਯਾਰ, ਕਿੰਨੀ ਤਰੀਕ ਦੀ ਫਲੈਟ ਸੀ? ਅਜੇ 4 ਦਿਨ ਤੈਨੂੰ ਚੱਲੇ ਹੋ ਗਏ ਨਾ। ਹਾਂ, 4 ਦਿਨ ਹੋ ਗਏ, ਅਤੇ ਅੱਜ ਹੈਗਾ ਮਨੀ ਦੇ ਵਿਆਹ ਦਾ ਪਹਿਲਾ ਦਿਨ, ਅਤੇ ਮਹਾਰਾਜ ਦਾ ਪ੍ਰਕਾਸ਼ ਦਿਖਾਇਆ ਹੋਇਆ ਮਨੀ ਹੁਣਾਂ ਨੇ, ਉਹ ਵੀ ਤੁਹਾਨੂੰ ਦਿਖਾਉਂਦੇ। ਅਤੇ ਆਹ ਸੇਵਾ ਪਾਣੀ ਸਾਡੀ ਚੱਲਣ ਦੀ ਆ, ਦੁੱਧ ਗਰਮ ਕੀਤਾ ਨਾਲ ਮੱਠੀਆਂ ਦੇ ਨਾਲ ਸ਼ੱਕਰ ਬਾਰੇ। ਕੋਈ ਨਹੀਂ ਕੋਈ ਨਹੀਂ ਬਾਈ, ਕਿੱਦਾਂ ਲੱਗ ਰਿਹਾ ਫਿਰ? ਐਕਸਾਈਟਡ ਐਕਸਾਈਟਡ ਸਹੀ ਆ। ਵਾਲ ਵੂਲ ਮੁੰਡੇ ਨੇ ਕਟਾਏ ਨੇ ਇਹਨੇ? ਕੱਲ੍ਹ 1 ਤਰੀਕ ਨੂੰ ਕਟਾਵਾਂਗੇ। 1 ਤਰੀਕ ਨੂੰ ਕਟਾਏਗਾ? ਕੱਲ੍ਹ ਨੂੰ ਕਟਾਵਾਂਗੇ। ਸਹੀ ਆ ਸਹੀ ਆ, ਹੁਣੇ ਬਲੌਗ ਪੂਰਾ 2-4 ਦਿਨ ਲਗਾਤਾਰ ਹੀ ਚੱਲਣਾ ਕੰਮ। ਅੱਜ ਉਹ ਆਪਾਂ ਗਾਲ ਕੱਢਦੇ ਮਨੀ ਭਾਅ ਜੀ ਵਿੱਚ ਆ ਜਾਣੀਆਂ, ਇਹਦੇ ਜਿੰਨਾ ਸੋਚ ਕੇ ਬੋਲਣਗੇ ਉਨਾ ਵਧੀਆ। ਹਾਂਜੀ, ਆਹ ਡਿਜ਼ਾਇਨਿੰਗ ਕੀਤੀ ਆ, ਡਿਜ਼ਾਇਨਿੰਗ ਕਹਿੰਦੇ ਹੁੰਦੇ ਮਨੀ, ਡੈਕੋਰੇਸ਼ਨ। ਹਾਂਜੀ, ਡੈਕੋਰੇਸ਼ਨ ਹੋ ਗਈ ਆ, ਵਿਆਹ ਵਾਲਾ ਘਰ ਦੇਖੋ ਡੈਕੋਰੇਸ਼ਨ ਬਾਈ ਦੀ, ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੈ ਮਨੀ, ਬਹੁਤ ਸੋਹਣੀ ਡੈਕੋਰੇਸ਼ਨ ਆ ਵੀ। ਹਾਂ, ਬੇਬੀਆਂ ਲੱਗੀਆਂ ਕੰਮ ਕਰਨ ਬਾਈ। ਫਿਰ ਪਿੰਡ ਘੁਮਾਏਗਾ ਹੁਣ? ਸ਼ਾਮ ਨੂੰ ਘੁਮਾਏਗਾ, ਹੁਣ ਮੌਸਮ ਵਧੀਆ ਮੇਰੇ ਹਿਸਾਬ ਨਾਲ। ਲਓ ਜੀ, ਮੁੰਡੇ ਲੱਗਣ ਲੱਗਾ ਮਾਈਆ। ਆ ਮੁੰਡੇ ਦੇ ਡੈਡੀ ਜੀ, ਆਜੋ ਮਾਸੜ ਜੀ। ਇਧਰ ਦੇਖੋ, ਇਧਰ ਦੇਖੋ, ਇਧਰ ਦੇਖੋ, ਹੁਣ ਬਣਾਏ ਨੂੰ ਐਦਾਂ ਤੇ ਕੋਲ ਕੋਲ ਹੁਣ ਗਾਚ ਨੀ ਬਣੀ
ਮਰਜ਼ੀ ਲਾਈ ਜਾਓ ਹੁਣ ਫੋਟੋ ਖਿੱਚ ਕਰਤਾ ਮੁੰਡਾ ਖੜਾ ਤੇਰੀ ਮਾਤਾ ਵੇ ਤੂੰ ਖੁਸ਼ ਹੈ ਖੁਸ਼ ਵੀਰਾ ਸੇਵਾ ਕਰੇ ਤੇਰੀ ਮਾਤਾ ਇਹ ਮੁੰਡੇ ਦਾ ਵਿਆਹ ਨਹੀਂ ਹੁੰਦਾ ਮਨ ਗਿਆ ਕੰਮ ਕੇ ਹੋਰ ਵੀ ਵਿਆਹ ਹੁਣ ਚੱਲ ਰਿਹਾ ਸਰ ਹਾਂ ਟੈਨਸ਼ਨ ਲੈਣੀ ਹੁਣ ਵਿਆਹ ਤੇਰਾ ਹੋ ਜਾਣਾ ਸਹੀ ਆ ਉਹਦੇ ਅੱਗੇ ਮਗਰ ਪਏ ਆ ਅੱਗੇ ਮਗਰ ਪਏ ਆ ਚੱਲ ਕੋਈ ਨੀ ਹੁਣ ਛੇਤੀ ਹੋ ਜੂ ਹਲਵਾਈ ਚੜ ਗਿਆ ਜੀ ਆਲੂ ਵਾਲੇ ਪਰੌਂਠੇ ਖਾ ਲਏ ਸਵੇਰੇ ਸਵੇਰੇ ਤੇ ਇੱਧਰ ਸਾਡੇ ਮਾਸੜ ਜੀ ਬੈਠੇ ਆ ਮਾਸੜ ਜੀ ਸਤਿ ਸ਼੍ਰੀ ਅਕਾਲ ਬੁਲਾ ਦਿਓ ਵੀਡੀਓ ਬਣਦੀ ਹੈ ਜੀ ਹਾਂਜੀ ਇੱਧਰ ਬਾਈ ਨੇ ਮਾਰ ਲਿਆ ਕੱਪੜਾ ਬੁਲਟ ਤੇ ਕਿੰਨੇ ਸਾਲਾਂ ਬਾਅਦ ਕੱਪੜਾ ਮਾਰਿਆ ਬੁਲਟ ਤੇ ਹੈ 6 ਸਾਲਾਂ ਬਾਅਦ ਅੱਜ ਬੁਲਟ ਚਲਾਉਣਾ ਮੈਨੂੰ ਤਾਂ 8 ਸਾਲ ਹੀ ਹੋ ਗਏ ਤਕਰੀਬਨ ਮੈਂ ਪਿਛਲੇ ਕਿਹੜੇ ਆਇਆ ਸੀ ਐਕਟੀਵਾ ਚਲਾਈ ਨਹੀਂ ਫੋਰਚੂਨਰ ਵੀ ਚਲਾਈ ਨਾਲ ਹੁਣ ਸ਼ਹਿਰ ਦੇ ਵਿੱਚ ਤਾਂ ਐਕਟੀਵਾ ਚੱਲਦੀ ਹੈ ਤੈਨੂੰ ਪਤਾ ਹੀ ਆ ਬੁਲਟ ਰੱਖ ਕੇ ਕਰਨਾ ਵੀ ਕੀ ਆ ਅੱਜ ਚਲਾਉਂਦੇ ਬੁਲਟ ਦੇਖਦੇ ਹਾਂ ਐਕਸਪੀਰੀਅੰਸ ਕਿੱਦਾਂ ਦਾ ਇਹ ਰੇਸ ਮਾੜੀ ਜਿਹੀ ਸਨੈਸਰ 3 ਪਏ ਆ ਫੂਕੀ ਉਹਦੇ ਵਿੱਚ ਹਾਂ ਬੈਠੇ ਫੜ ਕੇ ਫਾੜ ਤੇ ਅਸੀਂ ਤਾਂ ਚੇਂਜ ਕਰਾ ਕਾਲਾ ਕਰਤਾ ਜੀ ਨਾ ਕਾਲਾ ਕਰ ਕੀ ਕਾਲਾ ਕਰਤਾ ਸੀ ਲੋਕ ਮਲਾ ਰਹੇ ਮੁੰਡਾ ਡਰ ਗਿਆ ਸਬਜ਼ੀਆਂ ਆ ਚੁੱਕੀਆਂ ਵਾ ਟਮਾਟਰ ਆ ਗਏ ਗੋਭੀ ਆ ਗਈ ਮੂਲੀਆਂ ਆ ਗਈਆਂ ਲਾਉਣੇ ਸਮਾਨ ਸਮਾਨ ਸਾਡਾ ਹੀ ਲੱਗ ਗਿਆ ਅਤੇ ਕੱਲ੍ਹ ਨੂੰ ਕੀ ਆ ਮੁੰਡਿਆ
ਕੱਲ ਨੂੰ ਜਾਗੋ, ਕੱਲ ਜਾਗੋ ਦਾ ਪ੍ਰੋਗਰਾਮ ਆ, ਨਾਲ ਪਾਰਟੀ ਆ, ਸਵੇਰੇ ਸੰਡ ਬਾਰ ਦਾ ਭੋਗ ਪੈਣਾ ਤੇ ਸ਼ਾਮ ਨੂੰ ਜਾਗੋ ਦਾ ਪ੍ਰੋਗਰਾਮ ਆ। ਇੱਥੇ ਲੱਗਣੇ ਆਪਣੇ ਸਟਾਲ ਸਾਰੇ, ਹੈਨਾ, ਇੱਥੇ ਲੱਗਣੇ ਆ, ਇੱਥੇ ਹਾਂ ਪਾਵਾਂਗੇ, ਇੱਥੇ ਸਟਾਲ ਲੱਗਣੇ ਆ, ਗੋਲ ਟੇਬਲ ਕਹਿ ਦਿੱਤੇ ਆ ਮੁੰਡੇ ਨੇ, ਤੇ ਹੁਣ ਅਸੀਂ ਲਾ ਲਈਏ ਸਬਜ਼ੀਆਂ ਤੇ ਤੁਹਾਨੂੰ ਦਿਖਾਉਂਦੇ ਹਾਂ। ਚੱਲ ਵੀ ਮੁੰਡੇ ਹੋ ਜਾਓ ਸ਼ੁਰੂ, ਫਰੂ ਨੂੰ ਢੱਕ ਦੇ ਮਾੜਾ ਜਿਹਾ ਜਦੋਂ ਰੱਖਣਾ ਨਾ ਉੱਤੇ, ਫੇਰ ਵੀ ਇਹਦਾ ਉੱਤੇ ਤਾਂ ਬੰਨੇ ਹੀ ਆ, ਪਰ ਫੇਰ ਵੀ ਉੱਤੇ ਕੋਈ ਨਾ ਕੋਈ ਪਾ ਦੇ। ਹਾਂਜੀ ਟੈਂਟ ਵਾਲਾ ਸਮਾਨ ਆ ਗਿਆ ਜੀ, ਗੈਸ ਆ ਗਏ, ਚੁੱਲ੍ਹੇ ਆ ਗਏ। ਹੋਰ ਬਾਈ ਜੀ ਠੀਕ ਹੋ? ਵਧੀਆ ਵਧੀਆ, ਆਇਓ ਵੀਰੇ। ਚਲੋ ਜੀ ਬਾਈ ਨੇ ਬਾਏ ਕਰਕੇ ਖਿਲਾਰਤੀ ਬਾਈ, ਕੀ ਹਿਸਾਬ ਰਹਿੰਦਾ? ਦਸ ਦਸ ਬਣਾ ਲਾ ਪੂਰਾ ਦਸ। ਹਾਂ ਫਿਰ ਮੁੰਡਿਆ ਨਾਲਾ ਨੂਲਾ ਨਾ ਯਾਰ, ਕੰਮ ਤਾਂ ਨਿਬੜੇ। ਸੰਗ ਦਾ ਕੱਲ ਹੀ ਫੇਕਰ ਕਹਿੰਦਾ ਮੈਂ ਦੇਖਣਾ, ਫੇਰ ਕਹਿੰਦਾ ਸੰਗੀ ਵੀ ਜਾਣਾ। ਅੱਛਾ ਨਾ ਮਾਮਾ ਮੈਨੂੰ ਫੜਾ ਦਿੱਤਾ ਨਾ ਆਪ, ਇਹ ਮਣੀ ਨੂੰ ਦੱਸ ਇਹਨੂੰ ਕਾਚੂ ਨੀ ਦਾਤੀ ਕਹਿੰਦੇ ਆ। ਨੂਨ ਆ ਦੇ ਨੂਨ ਗਲੇ ਤੇ ਨੀ ਪਏ? ਹਾਂ ਮਜ਼ਾ ਆਊ ਦੇਖ ਕੇ। ਸਹੀ ਆ ਸਹੀ ਆ, ਯਾਦ ਬਣ ਜਾਣੀ ਹੈ ਨਾ ਇੱਕ, ਸਹੀ ਗੱਲ ਆ ਬਈ। ਲੈਂਗਾ ਨੂਨ ਕਿ ਨਹੀਂ ਲਿਆ ਯਾਰ? ਲਿਆ ਕਰ ਮਾਮਿਆਂ ਦੀ ਸੇਵਾ। ਆਹਦਾ ਵੱਡਾ ਮਾਮਾ ਵਾ, ਇਹ ਸਭ ਤੋਂ ਵੱਡਾ ਮਾਮਾ, ਆਹੀ ਟਾਈਮ ਹੁੰਦਾ। ਸਹੀ ਗੱਲ ਆ। ਕੀ ਹੋਈ ਚੈੱਕ ਦੇਖੀ ਠੀਕ ਆ? ਮਿੱਠੇ ਜ਼ਿਆਦਾ ਨੀ, ਮਿੱਠੇ ਜ਼ਿਆਦਾ ਨੀ, ਨੋਰਮਲ ਐਵਰੇਜ ਆ। ਦੇਖੋ ਮੈਂ ਤਾਂ ਠੀਕ ਲੱਗਦਾ,